ਦੁਨੀਆਂ 'ਤੇ ਬਹੁਤ ਵੱਡੇ ਖੱਬੀ ਖਾਨ ਸਨ ਜਿਹੜੇ ਕਹਿੰਦੇ ਸੀ ਕਿ ਅਸੀਂ ਬੈਠੇ ਹਾਂ ਜੇ ਤਾਂ ਕੰਮ ਚੱਲਦਾ ਆਜੂ ਚਲੇਗੇ ਤੇ ਦੁਨੀਆਂ ਦੇ ਕੰਮ ਫਿਰ ਵੀ ਚੱਲਦੇ ਪਏ ਦੁਨੀਆਂ ਦੇ ਕੰਮ ਨਹੀਂ ਰੁਕਣੇ ਦੁਨੀਆਂ ਨਹੀਂ ਰੁਕਣੀ ਦੁਨੀਆਂ ਚੱਲੀ ਜਾਣੀ ਹੈ ਸਤਿਗੁਰ ਕਹਿੰਦੇ ਆ ਬੈਠ ਮੈਂ ਤੈਨੂੰ ਸਮਝਾਵਾਂ ਤੇਰੀ ਮਾਂ ਦਾ ਹੰਕਾਰ ਤੇਰਾ ਮਾਂ ਦਾ ਸਾਥ ਕਿੰਨਾ ਕੁ ਟਾਈਮ ਹੈ ਭਾਈ ਸਾਹਿਬ ਉਹਨਾਂ ਦੇ ਸ਼ਬਦ ਪੜਿਆ ਉਹ ਪੰਕਤੀ ਅਸੀਂ ਪੜਦੇ ਆ ਕਿ ਦਿਹੋਰੀ ਬੈਠੀ ਮਾਤਾ ਰੋਵੇ ਖਟਿਗਾ ਲੈ ਗਏ ਭਾਈ ਕਨੇ ਦਿਉਰੀ ਤੇ ਬੈਠੀ ਦਹਲੀਜ ਤੇ ਬੈਠੀ ਮਾਤਾ ਰੋਂਦੀ ਹੈ ਪਿੰਡਾਂ ਦਾ ਇਹ ਸੱਭਿਆਚਾਰ ਸੀਗਾ ਕਿ ਬੀਬੀਆਂ ਨੂੰ ਮਾਤਾਵਾਂ ਨੂੰ ਸਮਸ਼ਾਨ ਘਾੜੋਂ ਨਹੀਂ ਲੈ ਕੇ ਜਾਂਦੇ ਸੀਗੇ ਉਹ ਸਮਸ਼ਾਨ ਘਰ ਦੇ ਪਿਛਾਂ ਬਿਠਾ ਦਿੰਦੇ ਸੀਗੇ ਬੰਦੇ ਜਾਂਦੇ ਹੁੰਦੇ ਸੀਗੇ ਤੇ ਸਤਕੁਰ ਕਹਿੰਦੇ ਜਿਹੜੀ ਮਾਂ ਦਾ ਪੁੱਤਰ ਹੰਕਾਰ ਕਰਦਾ ਉਹ ਮਾਂ ਦਾ ਸਾਥ ਸਿਰਫ ਦਹਲੀਜ ਤੱਕ ਹੈ ਜਦੋਂ ਸੁਵਾਸ ਪੂਰੇ ਹੋ ਗਏ ਮਾਂ ਨੇ ਦਹਲੀਜ ਤੱਕ ਰੋਣਾ ਉਹਨੇ ਤੈਨੂੰ ਸਮਸ਼ਾਨ ਘਾੜ ਛੱਡਣ ਵੀ ਨਹੀਂ ਆਉਣਾ ਤੇ ਕਿਹੜੀ ਮਾਂ ਦਾ ਹੰਕਾਰ ਕਰਦਾ ਹੈ ਦੇ ਆਖਿਆ ਜੀ ਮੈਨੂੰ ਮੇਰੇ ਭਰਾਵਾਂ ਦਾ ਬੜਾ ਹੰਕਾਰ ਆਇਆ ਮੇਰੇ ਭਰਾ ਮੇਰੀਆਂ ਵਾਹਾਂ ਆ ਮੇਰੇ ਨਾਲ ਖੜਦੇ ਨੇ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ ਸਤਿਗੁਰੂ ਕਹਿੰਨੇ ਬੈਠ ਪੁੱਤਰ ਮੈਂ ਤੈਨੂੰ ਇਹ ਵੀ ਸਮਝਾਵਾਂ ਤੇ ਮੇਰੇ ਮਾਲਕ ਨੇ ਆਖਿਆ ਜਦੋਂ ਸਵਾਸ ਪੂਰੇ ਹੋਗੇ ਨਾ ਤੇ ਪੁੱਤਰ ਜਿਹੜੇ ਚਾਰ ਮੋਢੇ ਹੁੰਦੇ ਆ ਨਾ ਉਹਨਾਂ ਮੋਢਿਆਂ ਵਿੱਚੋਂ ਸਭ ਤੋਂ ਪਹਿਲਾ ਮੋਢਾ ਭਰਾ ਦਾ ਹੀ ਹੁੰਦਾ ਆ ਤੇ ਭਰਾ ਹੀ ਬੈਠ ਕੇ ਸਲਾਹ مشورہ ਕਰਦਾ ਹੁੰਦਾ ਕਿ ਭਾਈ ਭੋਗ ਦਾ ਕੀ ਕਰਨਾ ਕੀ ਸਿਸਟਮ ਕਰਨਾ ਹੈ ਕਿਹੜਾ ਲੰਗਰ ਕਰਨਾ ਕੀ ਨਹੀਂ ਕਰਨਾ ਹੈ ਸਭ ਕੁਝ ਭਰਾ ਹੀ ਦੇਖਦੇ ਹੁੰਦੇ ਨੇ ਸਤਗੁਰ ਨੇ ਆਖਿਆ ਕਿ ਤੈਨੂੰ ਪੁੱਤਰ ਪਾ ਕੇ ਤੈਨੂੰ ਬਨ ਕੇ ਸ਼ਮਸ਼ਾਨ ਘਾੜ ਤੱਕ ਛੱਡਣਾ ਇਹ ਵੀ ਤੇਰੇ ਭਰਾਵਾਂ ਦੀ ਜ਼ਿੰਮੇਵਾਰੀ ਹੈ ਭਰਾਵਾਂ ਨੇ ਨਾਲ ਥੋੜੀ ਜਾਣਾ ਤੇ ਸਤਗੁਰ ਕਹਿੰਦੇ ਤਿੰਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬਨ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ ਤੇ ਕਹਿੰਦੇ ਸ਼ਮਸ਼ਾਨ ਘਾੜ ਛੱਡ ਕੇ ਭਰਾ ਤੇਰੇ ਵਾਪਸ ਆ ਗਏ ਨਾਲ ਤੇਰੇ ਕੋਈ ਵੀ ਨਹੀਂ ਨਿਭਿਆ ਨਾ ਮਾਂ ਨੇ ਵੀ ਨਾਲ ਤੇ ਨਾਲ ਭਰਾ ਵੀ ਨਹੀਂ ਨਿਭੇ ਤੇ ਫਿਰ ਇਹ ਕਹਿੰਦਾ ਜੀ ਜਿਨ੍ਹਾਂ ਧੀਆਂ ਪੁੱਤਰਾ ਖਰ ਕੇ ਮੈਂ ਸਾਰੀ ਉਮਰ ਕੰਮ ਕੀਤਾ ਸ਼ਾਇਦ ਉਹ ਧੀ ਪੁੱਤ ਮੇਰੇ ਨਾਲ ਜਾਣ ਜਿਨ੍ਹਾਂ ਕਰਕੇ ਮੈਂ ਆਪਣੇ ਹੱਡ ਕਾਲ ਲਿਆ ਆਪਣੀ ਜਵਾਨੀ ਗਾਲ ਲਈ ਉਹ ਧੀ ਪੁੱਤ ਮੇਰੇ ਥਾਂ ਦੇ ਉੱਤੇ ਮਰਨਗੇ ਤੇ ਸਤਗੁਰ ਕਹਿੰਦੇ ਆ ਬੈਠ ਪੁੱਤਰੀ ਵੀ ਸਮਝਾ ਦੇਆ ਮੇਰੇ ਮਾਲਕ ਨੇ ਆਖਿਆ ਬਹੁ ਪਰ ਪੰਜ ਕਰ ਪਰ ਧਨ ਲਿਆਵਾ ਸੁੱਤਦਾਰਾ ਪਿਆ ਲਟਾਵਾ ਮਨ ਮੇਰੇ ਭੂਲੇ ਕਪਟ ਨਾ ਕੀਜੇ ਅੰਤ ਨਵੇੜਾ ਤੇਰੇ ਜੀ ਪਹਿਲੀ ਦੇ ਕਹਿੰਦੇ ਤੇਰੀ ਥਾਂ ਤੇ ਤੇਰੀ ਧੀ ਤੇਰੇ ਪੁੱਤ ਨੇ ਨਹੀਂ ਜਾਣਾ ਜਦੋਂ ਪ੍ਰਮਾਤਮਾ ਦੇ ਘਰ ਵਿੱਚ लेखा-ਜੋਖਾ ਹੋਣਾ ਹੈ ਉਦੋਂ ਲੋਖਾ-ਲੇਖਾ-ਜੋਖਾ ਤੇਰੇ ਜੀ ਤੋਂ ਲਿਆ ਜਾਣਾ ਕਿਸੇ ਨੇ ਨਾਂ ਨਹੀਂ ਖੜਨਾ ਨਾ ਕੋਈ ਧੀ ਨਾ ਕੋਈ ਪੁੱਤ ਨਾ ਕੋਈ ਭਾਈ ਨਾ ਕੋਈ ਭੈਣ ਨਾ ਕੋਈ ਮਾਂ ਨਾ ਕੋਈ ਬਾਪ ਨਾ ਕੋਈ ਮਿੱਤਰ ਨਾ ਕੋਈ ਸਾਥੀ ਸਤਗੁਰ ਕਹਿੰਦੇ ਕੋਈ ਵੀ ਨਹੀਂ ਤੇਰੇ ਨਾਲ ਖੜੇਗਾ ਕੱਲਣਾ ਆਇਆ ਤੇ ਪੁੱਤਰ ਜਾਣਾ ਵੀ ਕੱਲਿਆਂ ਨੂੰ ਪੈਣਾ ਸਕੰਦਰ ਨੇ ਦੁਨੀਆਂ ਜਿੱਤੀ ਜੀ ਬੜਾ ਉਹਨੇ ਹੌਸਲਾ ਰੱਖਿਆ ਦੁਨੀਆ ਨੂੰ ਜਿੱਤਣ ਦਾ ਉਹਨੇ ਇੱਕ ਸੁਪਨਾ ਦੇਖਿਆ ਕਿ ਮੈਂ ਦੁਨੀਆ ਨੂੰ ਜਿੱਤਣਾ ਕਰੇ ਉਹਦਾ ਜੀਵਨ ਪੜਿਓ ਜਦੋਂ ਸਿਕੰਦਰ ਮਰਨ ਲੱਗਾ ਨਾ ਜੀ ਉਹਨੇ ਮਰਨ ਦੇ ਵੇਲੇ ਤਿੰਨ ਚਾਰ ਗੱਲਾਂ ਉਹਨੇ ਬੜੀਆਂ ਪਿਆਰੀਆਂ ਸਮਾਜ ਨੂੰ ਦਸੀਆਂ ਸਿਕੰਦਰ ਜਦੋਂ ਮਰਨ ਲੱਗਾ ਤੇ ਮੰਜੇ ਤੇ ਪਿਆ ਆ ਉਹਦੇ ਕੋਲ ਉਹਦੇ ਵੈਦ ਖਲੋਤੇ ਨੇ ਡਾਕਟਰ ਖਲੋਤੇ ਨੇ ਤੇ ਡਾਕਟਰਾਂ ਨੂੰ ਆਖਦਾ ਆ بڑے ਵੈਦਾਂ ਨੂੰ ਆਖਦਾ ਕਹਿੰਦਾ ਕੋਈ ਦਵਾਈ ਦਿਓ ਜਿਹੜੀ ਮੈਨੂੰ ਮੌਤ ਤੋਂ ਬਚਾ ਲਵੇ ਤੇ ਵੈਦਾਂ ਨੇ ਹੱਥ ਖੜੇ ਕਰਤੇ ਕਹਿੰਦਾ ਸਿਕੰਦਰ ਜੀ ਗੱਲ ਇਹ ਹੈ ਅਸੀਂ ਦਵਾਈ ਤੁਹਾਡੀ ਬਿਮਾਰੀ ਠੀਕ ਕਰਨ ਵਾਸਤੇ ਦੇ ਸਕਦੇ ਹਾਂ ਪਰ ਦੁਨੀਆਂ ਵਿੱਚ ਕੋਈ ਵੀ ਐਸੀ ਦਵਾਈ ਨਹੀਂ ਬਣੀ ਜਿਹੜੀ ਸਾਨੂੰ ਮੌਤ ਤੋਂ ਬਚਾ ਲਵੇ ਦਵਾਈ ਦੇ ਨਾਲ ਅਸੀਂ ਤੁਹਾਡੀ ਬਿਮਾਰੀ ਲੋਡ ਕਰ ਸਕਦੇ ਹਾਂ ਬਿਮਾਰੀ ਠੀਕ ਕਰ ਸਕਦੇ ਹਾਂ ਤੁਸੀਂ ਕਹੋ ਜੀ ਸਾਹਮਣੇ ਮੌਤ ਕੋਲੋਤੀ ਹੋਵੇ ਦਵਾਈ ਦੇ ਦਿਓ ਤੇ ਦਵਾਈ ਦੇ ਨਾਲ ਮੈਂ ਮਰਨ ਤੋਂ ਬਚ ਜਾਵਾਂ ਕਹਿੰਦੇ ਇਹ ਨਹੀਂ ਹੋ ਸਕਦਾ ਸਾਡੇ ਕੋਲ ਕੋਈ ਵੀ ਐਸੀ ਦਵਾਈ ਨਹੀਂ ਜਿਹੜੀ ਸਾਨੂੰ ਮੌਤ ਤੋਂ ਬਚਾ ਲਵੇ ਵੈਦਾਂ ਨੇ ਹੱਥ ਖੜੇ ਕਰਤੇ ਜੀ ਸਿਕੰਦਰ ਗਾਨਾ ਪਿੱਛੇ ਹੋ ਜੋ सिकंदर ਦੇ ਮੰਤਰੀ ਸੰਤਰੀ ਇਹਨੇ ਆਵਾਜ਼ ਮਾਰੇ ਤੇ ਆਪਣੇ ਕੋਲ ਬੁਲਾਏ ਕਹਿੰਦਾ ਮੈਂ ਤੁਹਾਡੇ ਕੋਲੋਂ ਸਲਾਹ ਲੱਤੀ ਮੰਤਰੀ ਦਾ ਅਰਥ ਹੁੰਦਾ ਮੰਤਰ ਦੇਣ ਵਾਲਾ ਮੰਤਰ ਦਾ ਅਰਥ ਹੁੰਦਾ ਸਲਾਹ ਦੇਣ ਵਾਲਾ ਜਿਹੜੇ ਸਲਾਹ ਦੇਣ ਵਾਲੇ ਮੰਤਰੀ ਸੰਤਰੀ ਵਜ਼ੀਰ ਹੁੰਦੇ ਸੀਗੇ ਸਾਰੇ ਨੇ ਕੋਲ ਬਿਠਾ ਲਏ ਕਹਿੰਦਾ ਤੁਹਾਡੀਆਂ ਸਲਾਹਾਂ ਦੇ ਨਾਲ ਵੱਡੇ ਵੱਡੇ ਮੁਲਖ ਜਿੱਤੇ ਐ ਮੈਂ ਵੱਡੇ ਵੱਡੇ ਤਾਕਤਵਰ ਰਾਜਿਆਂ ਨੂੰ ਹਾਰ ਕੀਤਾ ਐ ਕਹਿੰਦਾ ਦਵੋ ਕੋਈ ਸਲਾਹ